ਮੈਨੂੰ ਚੁੰਮ ਚੁੰਮ ਕੇ ਤੁਰਨ ਦਾ ਬਲ ਸਿਖਾਇਆ ਸੀ। ਉਹਦਾ ਪੈਰਾਂ ਤੇ ਚਾਲੇ ਦੱਸ। ਅਸਲਾਮ ਵਾਲੇਕਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਮੇਰੇ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਬੜੀ ਹੀ ਜ਼ਬਰਦਸਤ ਮਾਲੂਮਾਤ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ ਤੇ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਕਿ ਸੁਲਤਾਨ ਰਾਏ ਹੀਰੋ ਸੀ, ਹੀਰਾ ਸੀ ਜਾਂ ਪਾਰਸ ਸੀ। ਹੀਰੋ ਨੂੰ ਤੁਸੀਂ ਜਾਣਦੇ ਹੋ ਜਿਹੜਾ ਫਿਲਮਾਂ 'ਚ ਕੰਮ ਕਰਦਾ ਹੈ, ਹੀਰੇ ਨੂੰ ਤੁਸੀਂ ਜਾਣਦੇ ਹੋ ਜਿਹੜਾ ਬਹੁਤ ਕੀਮਤੀ ਪੱਥਰ ਹੁੰਦਾ ਹੈ, ਔਰ ਪਾਰਸ ਇੱਕ ਐਸਾ ਪੱਥਰ ਹੁੰਦਾ ਹੈ ਜਾਂ ਐਸੀ ਚੀਜ਼ ਹੁੰਦੀ ਹੈ ਜਿਹਦੇ ਨਾਲ ਜਿਹੜੀ ਚੀਜ਼ ਵੀ ਟੱਚ ਹੁੰਦੀ ਹੈ ਉਹ ਉਸਨੂੰ ਸੋਨਾ ਬਣਾ ਕੇ ਰੱਖ ਦਿੰਦੀ। ਮਸਲਾ ਅਗਰ ਪਾਰਸ ਦੇ ਨਾਲ ਲੋਹੇ ਵੀ ਟੱਚ ਹੋਏ ਤਾਂ ਉਹ ਵੀ ਸੋਨਾ ਬਣ ਜਾਂਦਾ ਹੈ। ਸੁਲਤਾਨ ਰਾਏ ਐਸਾ ਬੰਦਾ ਸੀ ਜਾਂ ਐਸਾ ਹੀਰੋ ਸੀ, ਉਹ ਫਿਲਮ ਇੰਡਸਟਰੀ ਦਾ ਪਾਰਸ ਸੀ। ਜਿਸ ਵੀ ਐਕਟਰ ਨੇ ਉਹਦੇ ਨਾਲ ਕੰਮ ਕੀਤਾ ਔਰ ਸੁਪਰ ਹਿੱਟ ਹੋਇਆ, ਉਸਦੀ ਮਿਸਾਲ ਮੈਂ ਦਿਆਂਗਾ। ਅੰਜਮਨ ਨੇ ਜਦੋਂ ਅੰਜਮਨ ਨੇ ਆਪਣੇ ਕੈਰੀਅਰ ਦਾ ਆਗਾਜ਼ ਕੀਤਾ, ਫਿਲਮ ਇੰਡਸਟਰੀ ਦੇ ਤਿੰਨ ਰੋ ਜਿਹੜੇ ਕਿ ਟਾਪ ਦੇ ਇੰਡਸਟਰੀ ਦੇ ਹੀਰੋ ਸਨ, ਉਰਦੂ ਫਿਲਮਾਂ ਦੇ ਟਾਪ ਦੇ ਹੀਰੋ ਸਨ, ਉਹਨਾਂ ਦਾ ਨਾਮ ਸੀ ਨਦੀਮ ਸਾਹਿਬ, ਮੁਹੰਮਦ ਅਲੀ ਸਾਹਿਬ ਔਰ ਵੇਦ ਮਰਾਦ। ਅੰਜਮਨ ਨੇ ਇਹਨਾਂ ਤਿੰਨਾਂ ਦੇ ਨਾਲ ਕੰਮ ਕੀਤਾ ਹੈ ਲੇਕਿਨ ਉਹ ਹਿੱਟ ਨਾ ਹੋ ਸਕੀ। ਉਸ ਤੋਂ ਬਾਅਦ ਕਾਫੀ ਸਾਰੀ ਪੰਜਾਬੀ ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ ਹੈ ਲੇਕਿਨ ਹਿੱਟ ਨਾ ਹੋ ਸਕੀ। ਅੰਜਮਨ ਨੂੰ ਸੁਲਤਾਨ ਰਾਏ ਨੀ ਦੇ ਨਾਲ ਕਾਸਟ ਕੀਤਾ ਗਿਆ ਹੈ ਅਤੇ ਉਸ ਦਿਨ ਤੋਂ ਲੈ ਕੇ ਸੁਲਤਾਨ ਰਾਏ ਦੇ ਮਰਨ ਤੱਕ ਅੰਜਮਨ ਦੀ ਕਾਮਯਾਬੀਆਂ ਦਾ ਸਫ਼ਰ ਜਾਰੀ ਰਿਹਾ ਹੈ। ਔਰ ਅੰਜਮਨ ਨੂੰ ਇਹ ਜਿਹੀਆਂ ਕਾਮਯਾਬੀਆਂ ਮਿਲੀਆਂ ਜਿਹੜੀ ਉਹ ਤਸੱਵਰ ਵੀ ਨਹੀਂ ਕਰ ਸਕਦੀ ਸੀ। ਬਹੁਤ ਸਾਰੀਆਂ ਐਸੀ ਇਤਨੀਆਂ ਫਿਲਮਾਂ ਕੀਤੀਆਂ ਕਿ ਇੱਕ ਰਿਕਾਰਡ ਬਣਿਆ, ਤਕਰੀਬਨ 150 ਦੇ ਲਗਭਗ ਉਹਨਾਂ ਨੇ ਆਪਸ ਵਿੱਚ ਐਜ਼ ਏ ਹੀਰੋ ਹੀਰੋਇਨ ਫਿਲਮਾਂ ਕੀਤੀਆਂ ਜਿਹੜਾ ਇੱਕ ਰਿਕਾਰਡ ਸੀ। ਸੁਲਤਾਨ ਰਾਏ ਦੀ ਮੌਤ ਤੋਂ ਬਾਅਦ ਅੰਜਮਨ ਹੀ ਘਰ ਬਹਿ ਗਈ ਔਰ ਕੁਛ ਅਰਸੇ ਬਾਅਦ, ਕਾਫੀ ਅਰਸੇ ਬਾਅਦ ਅੰਜਮਨ ਦੀ ਫਿਲਮ ਇੰਡਸਟਰੀ 'ਚ ਵਾਪਸੀ ਹੋਈ ਔਰ ਉਸਨੇ ਚੌਧਰਾਨੀ ਦੇ ਨਾਮ ਤੋਂ ਇੱਕ ਫਿਲਮ ਕੀਤੀ। ਉਹ ਫਿਲਮ ਤਾਂ ਕਾਮਯਾਬ ਹੋ ਗਈ ਲੇਕਿਨ ਉਸ ਫਿਲਮ ਤੋਂ ਬਾਅਦ ਅੰਜਮਨ ਕਾਮਯਾਬ ਨਾ ਹੋ ਸਕੀ ਔਰ ਉਸਦੀਆਂ ਮੁਸਲਸਲ ਫਿਲਮਾਂ ਨਾਕਾਮ ਆਉਂਦੀਆਂ ਰਹੀਆਂ। ਜਵੇਦ ਸ਼ੇਖ ਨੀਲੀ ਔਰ ਅਦਾਇਤਕਾਰ ਨਜ਼ਰੁਲ ਇਸਲਾਮ ਇਹ ਟਾਪ ਦੇ ਅਦਾਇਤਕਾਰ ਨਜ਼ਰੁਲ ਇਸਲਾਮ ਟਾਪ ਦੇ ਅਦਾਇਤਕਾਰ ਸਨ। ਨੀਲੀ ਔਰ ਜਵੇਦ ਸ਼ੇਖ ਦੀ ਸੁਪਰ ਸਟਾਰ ਸਨ ਇੰਡਸਟਰੀ ਦੇ। ਅਦਾਇਤਕਾਰ ਨਜ਼ਰੁਲ ਇਸਲਾਮ ਨੇ ਪਲਾਨ ਦਾ ਫੈਸਲਾ ਕੀਤਾ ਔਰ ਇਸ ਫਿਲਮ ਦੇ ਅੰਦਰ ਜਾਵੇਦ ਸ਼ੇਖ ਔਰ ਨੀਲੀ ਸਨ ਔਰ ਟਾਪ ਸਟਾਰ ਸਨ। ਲੇਕਿਨ ਜਦੋਂ ਡਿਸਟ੍ਰੀਬਿਊਟਰ ਨੂੰ ਇਹ ਫਿਲਮ ਦਿਖਾਈ ਗਈ ਤਾਂ ਕਿਸੇ ਡਿਸਟ੍ਰੀਬਿਊਟਰ ਨੇ ਵੀ ਉਸ ਫਿਲਮ ਨੂੰ ਖਰੀਦਣ ਦਾ ਹੌਸਲਾ ਨਹੀਂ ਰੱਖਿਆ। ਆਖਿਰਕਾਰ ਉਹਨਾਂ ਦੇ ਜ਼ਹਿਨ ਵਿੱਚ ਇੱਕ ਤਰਕੀਬ ਆਈ, ਉਹਨਾਂ ਨੇ ਸੁਲਤਾਨ ਰਾਏ ਦਾ ਮੁਖਤਸਰ ਦਾ ਕਿਰਦਾਰ ਫੋਕੀ ਸ਼ਾਹ ਦੇ ਨਾਮ ਦਾ ਲਿਖਵਾਇਆ ਔਰ ਜਦੋਂ ਟਾਈਟਲ ਦੇ ਉੱਤੇ ਜਦੋਂ ਪੋਸਟਰ ਦੇ ਉੱਤੇ ਸੁਲਤਾਨ ਰਾਏ ਦੀ ਤਸਵੀਰ ਆਈ ਤਾਂ ਨਾ ਸਿਰਫ ਡਿਸਟ੍ਰੀਬਿਊਟਰ ਨੇ ਹੱਥੋ ਹੱਥ ਇਸ ਫਿਲਮ ਨੂੰ ਖਰੀਦਿਆ ਬਲਕਿ ਇਹ ਫਿਲਮ ਕਾਮਯਾਬੀ ਦੇ ਨਾਲ ਹਮਕਨਾਰ ਹੋਈ। ਰੀਮਾ ਔਰ ਸ਼ਾਨ ਨੇ ਜਦੋਂ ਫਿਲਮਾਂ ਦਾ ਆਗਾਜ਼ ਕੀਤਾ, ਫਿਲਮ ਬੁਲੰਦੀ ਤੋਂ ਬਾਅਦ ਉਹਨਾਂ ਦੀ ਫਿਲਮਾਂ ਸੁਪਰ ਹਿੱਟ ਹੋਣਾ ਸ਼ੁਰੂ ਹੋ ਗਈਆਂ, ਹਿੱਟ ਹੋਣਾ ਸ਼ੁਰੂ ਹੋ ਗਿਆ। ਲੇਕਿਨ ਇੱਕ ਐਸਾ ਦੌਰ ਆਇਆ ਕਿ ਰੀਮਾ ਦੀਆਂ ਤਕਰੀਬਨ 40 ਫਿਲਮਾਂ ਲਗਾਤਾਰ ਨਾਕਾਮ ਹੋਈਆਂ ਔਰ ਇਸ ਨਾਕਾਮੀ ਤੋਂ ਬਾਅਦ ਰੀਮਾ ਘਰ ਬੈਠ ਗਈ। ਆਖਰ ਇੰਡਸਟਰੀ ਦਾ ਪਾਰਸ, ਜਿਹਨੂੰ ਲੋਕ ਪਾਰਸ ਕਹਿੰਦੇ ਨੇ, ਹੀਰਾ ਕਹਿੰਦੇ ਨੇ, ਉਹ ਕੰਮ ਹੋਇਆ। ਰੀਮਾ ਨੇ ਸੁਲਤਾਨ ਰਾਏ ਔਰ ਰੀਮਾ ਨੇ ਇੱਕ ਫਿਲਮ ਸਾਈਨ ਕੀਤੀ ਜਿਸ ਫਿਲਮ ਦਾ ਨਾਂ ਸੀ ਮਾਜੂ। ਮਾਜੂ ਨੇ ਮੁਲਕ ਗੀਰ ਕਾਮਯਾਬੀ ਹਾਸਲ ਕੀਤੀ ਔਰ ਆਪਣੇ ਦੌਰ ਦੀ ਸੁਪਰ ਹਿੱਟ ਫਿਲਮ ਰਹੀ ਇਸ ਫਿਲਮ ਤੋਂ ਬਾਅਦ ਰੀਮਾ ਨੂੰ ਇੱਕ ਬ੍ਰੇਕ ਥਰੂ ਮਿਲਿਆ, ਰਾਨੀ ਬੇਟੀ ਰਾਜ ਕਰੇਗੀ। ਇਹ ਬੜੀ ਹੀ ਜ਼ਬਰਦਸਤ ਫਿਲਮ ਸੀ। ਇਸ ਫਿਲਮ ਦੇ ਅਦਾਇਤਕਾਰ ਅਲਤਾਫ ਹੁਸੈਨ, ਸੁਲਤਾਨ ਰਾਏ
और शबनम ने बहुत ही शानदार काम किया, और ना सिर्फ इन्होंने शानदार काम किया बल्कि रीमा ने भी बड़ा ही जबरदस्त और बड़ा ही नाकाबले फरमोश काम किया और यह फिल्म सुपरहिट रही। इस फिल्म के हिट होने तो बाद फिल्म दाने जंग, गॉडफादर, मोहम्मद खान, खानदान, चौधरी बादशाह, सड़क, जनरल रानी, बाला पीरेदा, सखी बादशाह, रीमा दी यह फिल्म सुल्तान रही दे नाल सुपर हिट रही हैं। और शान की गल करते हैं, शान जदों वापसी हुई फिल्म च अमेरिका तो वापस आया, उसने सुल्तान रही का गेटअप चोरी किया, सुल्तान रही की तरह कम किया और फिल्म इंडस्ट्री लगातार कामयाब फिल्म दितियां। इस तो पहले शान नाकाम हो चुका सी। जान रैंबो जदों हीरो फिल्म की और कामयाब होया और मुसलसल उस तो बाद काफ़ी अर्सा कम करता है, लेकिन कोई खास कामयाबी नहीं मिली सी। आखिरकार रैंबो ने सुल्तान राई दे नाल फिल्म गुरु चेला की, यानी कि सुल्तान राई और रैंबो गुरु चेला दे विच इकट्ठे कास्ट होए। और इस फिल्म तो बाद गुरु चेला दी रिलीजिंग तो बाद रैंबो ते कामयाबियां दे दरवाजे खुल गए, और उस तो बाद सुल्तान राई और रैंबो दी मुश्तरका फिल्म चौधरी बादशाह ने बहुत ही शानदार बिजनेस किया। और नाजरीन, गुरु चेला तो बाद सुल्तान राई और रैंबो दी मुश्तरका फिल्म चौधरी बादशाह ने शानदार बिजनेस किया। और इस तो अलावा बहुत सारे ऐसे एक्टर सन जिन्हों सुल्तान राई की वजह तो कामयाबियां मिली। नाजरीन, अगर तुम्हें मेरी मालूमात अच्छी लगी हो मेरे चैनल में लाइक करो, सब्सक्राइब करो, शेयर करो। तुहाडा बहुत शुक्रिया।